응. 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 아직 क्यों पढ़ा याद नहीं रहा मैंने और चीनी क्यों पढ़ा आटे जी चीनी पैंदी के वो पैंदा उनको मैदा चलदा थे मैं चोट मान डडे ना काली है उधर से ध्यान दो वो भी खराब हो मेरा ध्यान उधर ही है हाथ उधर निकल ध्यान उधर वो भी खराब हो जानी चाहिए तेरे ਹਾਂਡੀ ਰੋਟੀ ਆਪ ਪੜਿਆ ਕਰੇਗਾ ਨਹੀਂ ਕਹਿੰਦਾ ਮੈਂ ਸਿੱਖਣੀ ਤੇ ਆਇਆ ਫਿਲਹਾਲ ਲੇਕਿਨ ਮੈਂ ਕਿਸੇ ਹੋਰ ਦਾ ਸਾਂਭ ਹੀ ਲੈਣਾ ਹੈਗਾ ਕਹਿੰਦਾ ਜਿਹੜਾ ਅਲੀ ਹੈ ਨਾ ਜਿਹੜਾ ਰੋਟੀ ਪਾ ਕੇ ਦਿੰਦਾ ਮੈਨੂੰ ਉਹਨੂੰ ਇਹ ਹੈ ਕਿ ਮੈਨੂੰ ਰੋਟੀ ਪਾ ਕੇ ਦੇਣਾ ਤੇ ਤਮੀਜ਼ ਨਾਲ ਨਹੀਂ ਬੁਲਾਉਂਦਾ ਤੂੰ ਕਰਕੇ ਬੁਲਾਉਂਦਾ ਕੌਣ ਬੁਲਾਉਂਦਾ ਸ਼ਾਨ ਅਲੀ ਸ਼ਾਨ ਤੂੰ ਕਰਕੇ ਬੁਲਾਉਂਦਾ ਸ਼ਾਨ ਨੂੰ ਤੂੰ ਅੱਛਾ 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 ਫਿਰ ਤੇ ਕਹਿੰਦੇ ਉਹ ਤੂੰ ਕਰ ਕੇ ਬਸ ਇਸ ਵਾਸਤੇ ਬੁਲਾਉਂਦਾ ਹੈਗਾ ਕਿ ਮੈਂ ਇਹਨੂੰ ਰੋਟੀ ਪਾ ਕੇ ਦੇਣਾ ਅੱਛਾ ਅਤੇ ਦੂਸਰਿਆਂ ਨੂੰ ਬਾਕੀ ਮੈਂ ਕਿਹਾ ਨਹੀਂ ਤੂੰ ਕਰਕੇ ਬੁਲਾਉਂਦਾ ਹੈਗਾ ਇਹ ਛੋਟਾ ਹੋ ਰਿਹਾ ਤਾਂ ਵਾਸਤੇ ਤੂੰ ਕਰਕੇ ਬੁਲਾਉਂਦਾ ਹਾਂ ਨਹੀਂ ਵੈਸੇ ਕਹਿੰਦੀ ਵੀ ਸ਼ਾਇਦ ਛੋਟਾ ਸਮਝ ਕੇ ਛੋਟਾ ਵੀ ਹੋਵੇ ਹੋਰ ਵੀ ਛੋਟੇ ਹੈਗੇ ਨੇ ਨਾ ਜਿਹੜੇ ਅਸੀਂ ਹੈਗੇ ਨੇ ਅਤੇ ਕਹਿੰਦੇ ਮੈਂ ਹੁਣ ਮੈਂ ਕਿਹਾ ਹੈਗਾ ਮੈਂ ਆਪੇ ਹੁਣ ਪਕਾਉਣੀ ਪੈਣੀ ਹੈ ਆਪੇ ਹੁਣ ਰੋਟੀ ਪਕਾਉਣੀ ਕੱਢੀ ਮੈਂ ਆਪ ਤਾਂ ਸਿੱਖਾਂ ਨਾ ਜਦੋਂ ਮੈਂ ਫੈਕਟਰੀ ਚਲਾ ਗਿਆ ਤਾਂ ਫਿਰ ਵੀ ਤਾਂ ਮੈਂ ਆਪੇ ਪਕਾਉਣੀ ਹੈ ਕੱਢੀ ਫਿਰ ਮੈਨੂੰ ਕਿੰਨੇ ਦੱਸਣਾ ਆਪਣੇ ਵਿੱਚ ਬਣਾਉਣਾ ਸਿਰਫ ਇੰਨਾ ਕੁ ਆਟਾ ਗੁੰਨਾ ਕਰਨਾ ਫਿਰ ਵੀ ਲੇਕਿਨ ਹੁਣ ਦੋ ਤਰੀਕਾ ਤਾਂ ਦੱਸਣਾ ਹਾਂ ਨਹੀਂ ਵੈਸੇ ਕਹਿੰਦੇ ਵੀ ਹਾਂ ਜ਼ਿਆਦਾ ਗੁੰਨਾ ਮੁਸ਼ਕਿਲ ਹੁੰਦਾ ਛੋਟਾ ਜਿਹੜਾ ਹੈਗਾ ਨਾ ਉਹ ਸਿਰਫ ਇੰਨਾ ਕੋਈ ਇੱਕ ਛੰਨੀ ਪਾਏਗਾ ਕਹਿੰਦੇ ਪੇੜੇ ਬਣ ਜਾਣਾ ਹੈ ਬਹੁਤਾ ਆਟਾ ਕੰਮ ਗੁਣਾ ਨਹੀਂ ਆਪਣੇ ਕੰਮ ਹੀ ਆਈਏਗਾ ਨਾ ਨਾ ਆਪਣਾ ਵੀ ਖਤਮ ਹੋਇਆ ਆਪਣਾ ਵੀ ਸਿਲਾ ਹੈ ਨਾਸ਼ਾ ਕਿਤੇ ਸੁਕਾ ਦਾ ਹਾਂ ਨਾਸ਼ਤਾ ਸੁਬਹ ਕਿ ਜੇ ਤੇਰੇ ਸਾਨੂੰ ਚਾਵਲ ਨਹੀਂ ਖਾ ਦੇ ਬਸ ਸੈਟ ਅਸੀਂ ਆਪਣਾ ਨੂੰ ਛੇ ਵੀ ਮੋਈਆਂ ਉੱਠੀਆਂ ਵਾ ਤੇ ਮੈਂ ਕਿਸੇ ਆਪਣਾ ਨੂੰ ਛੇ ਵੀ ਸ਼ਾਮ ਨੂੰ ਛੇ ਵੀ ਮੋਈਆਂ ਉੱਠੀਆਂ ਵਾ ਤੇ ਕਿਹਦਾ ਕੰਮ ਕਹਿ ਰਿਹਾ ਸੀ 200 ਦਾ ਕੰਮ ਕਿਤੇ ਤੈਨੂੰ ਪੀੜ ਪੈਣ ਦੇ ਹੀ ਇੰਨੀ ਕਹਿੰਦੇ ਪਸੰਦ ਚਾਚੂ ਨਾਲ ਗੱਲ ਕਰਨੀ ਸੀ ਅਤੇ ਫੋਨ ਮੇਰੇ ਕੋਲ ਆਤਾ ਮੈਂ ਸਾਹਮਣੇ ਤੋਂ ਗੱਲ ਕਰਨਾ ਸ਼ੁਰੂ ਹੋ ਗਈ ਸ਼ਾਨ ਨਾਲ ਉਸ ਉਹਨੇ ਫਿਰ ਥੋੜ੍ਹੀ ਬਹੁਤੀ ਗੱਲ ਕੀਤੀ ਮੇਰੇ ਨਾਲ ਪਤਾ ਨਹੀਂ ਸੀ ਮੈਨੂੰ ਪਤਾ ਨਹੀਂ ਕਿੰਨੀ ਗੱਲ ਕਰਨੀ ਇਸ਼ਾਰਾ ਕਰ
ਮੈਂ ਬਸ ਵੀਡੀਓ ਥੋੜ੍ਹੀ ਜਿਹੀ ਕੱਟ ਕਰ ਰਹੀ ਨਾ ਜਿੱਥੇ ਮੈਨੂੰ ਲੱਗੇ ਹੈਗਾ ਬਹੁਤਾ ਹੈਗਾ ਛੇ ਮਿੰਟ ਦੀ ਹੋ ਗਈ ਹੈ ਛੇ ਮਿੰਟ ਦੀ ਜਿੰਨਾ ਜਿੰਨਾ ਤੁਹਾਡੀ ਡਿਟੇਲ ਨਾਲ ਵੀ ਉਹਨਾਂ ਤੁਹਾਡਾ ਆਈਡੀਆ ਹੋਈ ਹੈਗਾ ਮੈਂ ਚ ਕੱਟ ਕੱਟ ਕੇ ਭੇਜਾਂਗੇ ਤਾਂ ਤੁਹਾਨੂੰ ਸਹੀ ਪਤਾ ਚੱਲਿਆ ਹੀ ਹੈ ਨਾ ਥੋੜ੍ਹਾ ਜਿਹਾ ਨਹੀਂ ਇਹ ਠੀਕ ਹੈ ਖਾਲੀ ਕੁਛ ਨਹੀਂ ਕਰਦੇ ਹੋ ਗਿਆ